ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਨਸਾਨੀਅਤ ਹੋਈ ਫਿਰ ਤੋਂ ਇੱਕ ਵਾਰ ਸ਼ਰਮਸਾਰ। ਮਾਮਲਾ ਇੱਕ ਸਾਹਮਣੇ ਆਇਆ ਜਿਹਨੂੰ ਸੁਣ ਕੇ ਤੁਸੀਂ ਹੋ ਜਾਵੋਗੇ ਹੈਰਾਨ। ਇੱਕ 12 ਸਾਲ ਦੀ ਬੱਚੀ ਮਾਂ ਬਣਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਬੱਚੀ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ। ਲੜਕੀ ਦੇ ਪੇਟ ਵਿੱਚ ਦਰਦ ਹੋਣ ਦੇ ਚੱਲਦੇ ਲੜਕੀ ਦੇ ਪਿਤਾ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਕੱਲ੍ਹ ਉਸ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਜੀ ਹਾਂ, 12 ਸਾਲ ਦੀ ਲੜਕੀ ਮਾਂ ਬਣ ਗਈ ਹੈ। ਬਿਲਕੁਲ ਤੁਹਾਨੂੰ ਸਹੀ ਦੱਸ ਰਹੇ ਹਾਂ, ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਕਿ ਲੜਕੀ ਦੇ ਪਰਿਵਾਰ ਫਗਵਾੜੇ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਲੜਕੀ ਬਿਆਨਾਂ ਮੁਤਾਬਕ ਉਸਦੀ ਮਾਂ ਉਸ ਤੋਂ 2 ਸਾਲ ਹੀ ਤੋਂ ਹੀ ਛੱਡ ਕੇ ਘਰੋਂ ਭੱਜ ਗਈ ਸੀ। ਉੱਥੇ ਕਿਹਾ ਜਾ ਰਿਹਾ ਕਿ ਲੜਕੀ ਦੇ ਪਿਤਾ ਦੱਸਣ ਅਨੁਸਾਰ ਲੜਕੀ ਘਰੋਂ ਬਾਹਰ ਛੋਛ ਕਰਨ ਜਾਂਦੀ ਸੀ ਕਿ ਉਸ ਦੌਰਾਨ ਕੋਈ ਘਟਨਾ ਹੋਈ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਨੇ, ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਲੇਕਿਨ ਤੁਹਾਨੂੰ ਦੱਸ ਦਈਏ ਕਿ ਬਹੁਤ ਸ਼ਰਮਸਾਰ ਮਾਮਲਾ ਸਾਹਮਣੇ ਆਇਆ ਕਿ 12 ਸਾਲ ਦੀ ਲੜਕੀ ਮਾਂ ਬਣ ਗਈ ਹੈ। ਕਲਯੁੱਗ ਪੂਰਾ ਜ਼ੋਰਾਂ 'ਤੇ 12 ਸਾਲ ਦੀ ਲੜਕੀ ਮਾਂ ਬਣ ਗਈ। ਤੁਹਾਨੂੰ ਦੱਸ ਰਹੇ ਹਾਂ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹਾਂਜੀ ਮੈਮ, ਆਪਣਾ ਨਾਮ ਦੱਸੋ। ਨਮਸਕਾਰ, ਆਪ ਸਭੀ ਕੋ ਜੈ ਹਿੰਦ। ਮੇਰਾ ਨਾਮ ਕੁਮਾਰੀ ਜੋਤੀ ਹੈ, ਡਿੰਪਲ ਕੇ ਨਾਮ ਸੇ ਆਪ ਸਭ ਜਾਣਤੇ ਹੋ। ਜੈਸਾ ਕਿ ਆਪ ਸਭ ਜਾਣਤੇ ਹੋ, ਹਿੰਦ ਏਕਤਾ ਸਮਾਜ ਸੇਵਾ ਸੰਸਥਾ ਕੀ ਮੈਂ ਸੇਵਾਦਾਰ ਹੂੰ। ਹਾਂਜੀ, ਕਿਆ ਹੋਆ ਮੈਮ, ਕੌਣ ਸੀ ਬੱਚੀ ਜਿਸ ਕੀ ਡਿਲੀਵਰੀ ਹੋਈ, ਕਿਆ ਕਾਰਨ ਹੈ, ਕਹਾਂ ਸੇ ਆਗੋ? ਕੱਲ ਐਸਾ ਹੁਆ ਥਾ ਜਬ ਹਮ ਸੇਵਾ ਕੇ ਲਈ ਅੰਮ੍ਰਿਤਸਰ ਆਏ ਲੁਧਿਆਣਾ ਸੇ, ਤੋ ਯਹਾਂ ਪਰ ਨੀਡੀ ਪੇਸ਼ੈਂਟ ਕੋ ਹਮ ਮੈਡੀਸਨ ਫ੍ਰੀ ਉਪਲਬਧ ਕਰਾਤੇ ਹੈ। ਤੋ ਹੁਆ ਯੇ ਥਾ ਕਿ ਹਮਨੇ ਇੱਕ ਕੇਸ ਦੇਖਾ, ਕਾਫੀ ਹੀ ਉਲਝਾ ਹੁਆ ਕੇਸ ਥਾ। ਐਂਬੂਲੈਂਸ ਸੇ ਕੇਸ ਆਇਆ ਥਾ, ਇੱਕ ਲੜਕੀ ਥੀ 12 ਸਾਲ ਕੀ, ਉਸਕੇ ਹਾਥ ਮੇਂ ਬੱਚਾ ਥਾ, ਪ੍ਰੀ ਮੈਚੋਰ ਬੇਬੀ, ਔਰ ਲੜਕੀ ਕੇ ਪਿਤਾ ਥੇ ਉਸਕੇ ਸਾਥ। ਜਬ ਹਮਨੇ ਜਾਣਨੇ ਕੀ ਕੋਸ਼ਿਸ਼ ਕੀ ਕਿ ਕਿਆ ਮੈਟਰ ਹੈ, ਤੋ ਉਹਨਾਂ ਨੇ ਪਹਿਲੇ ਕੁਛ ਨਹੀਂ ਬਤਾਇਆ। ਫਿਰ ਜਿਸ ਤਰ੍ਹਾਂ ਕਿ ਡਾਕਟਰ ਹਮੇਂ ਬਤਾ ਦੇਤੇ ਕਿ ਯਹਾਂ ਵਾਰਡ ਮੇਂ ਕੌਣ ਕੌਣ ਨੀਡੀ ਪੇਸ਼ੈਂਟ ਹੈ, ਆਪ ਇਨਕੀ ਹੈਲਪ ਕਰ ਦੋ। ਤੋ ਡਾਕਟਰ ਨੇ ਹਮੇਂ ਬਤਾਇਆ ਕਿ ਇਸ ਪੇਸ਼ੈਂਟ ਕੋ ਨਾ ਆਪਕੀ ਹੈਲਪ ਕੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਇਹ ਖਰਚਾ ਨਹੀਂ ਉਠਾ ਪਾਏਂਗੇ ਬਾਹਰ ਕਾ। ਫਿਰ ਜਬ ਹਮਨੇ ਕੇਸ ਸੁਣਾ ਤੋ ਵਾਕਈ ਮੇਂ ਮੇਰਾ ਖੁਦ ਵੀ ਦਿਮਾਗ ਖਰਾਬ ਹੋ ਗਿਆ ਕਿ ਮਤਲਬ ਆਜ ਕੀ ਦੁਨੀਆ ਮੇਂ ਯੇ ਹੋ ਕਿਆ ਰਹਾ ਹੈ। ਇੱਕ 12 ਸਾਲ ਕੀ ਬੱਚੀ ਪਿਛਲੇ 7 ਮਹੀਨੇ ਸੇ ਪ੍ਰੈਗਨੈਂਟ ਥੀ, ਔਰ ਉਸਕੇ ਪਿਤਾ ਕੋ ਪਤਾ ਹੀ ਨਹੀਂ ਥਾ, ਜੋ ਉਸਕੇ ਪਿਤਾ ਕੇ ਬਿਆਨ ਥੇ। ਹਮਨੇ ਉਸਕੇ ਪਿਤਾ ਸੇ ਜਾਣਨੇ ਕੀ ਕੋਸ਼ਿਸ਼ ਕੀ, ਉਹਨਾਂ ਨੇ ਕਿਹਾ ਕਿ ਆਜ ਡਿਲੀਵਰੀ ਹੋਈ ਹੈ ਸੁਬਹਾ, ਤੋ ਮੁਝੇ ਪਤਾ ਚਲਾ ਕਿ ਇਹ ਪ੍ਰੈਗਨੈਂਟ ਥੀ। ਤੋ ਹਮਾਰਾ ਤੋ ਮਤਲਬ ਸੁਣ ਕਰ ਹੀ ਹਮ ਹੈਰਾਨ ਥੇ। ਫਿਰ ਹਮਨੇ ਆਪਣੀ ਟੀਮ ਕੋ ਇਨਫੋਰਮ ਕੀਆ, ਸੀਨੀਅਰ ਸਰ ਕੋ ਹਮਨੇ ਬੁਲਾਇਆ, ਔਰ ਪੁਲਿਸ ਤੱਕ ਵੀ, ਹੋਸਪਿਟਲ ਵਾਲੋਂ ਨੇ ਪੁਲਿਸ ਕੀ ਵੀ ਸਹਾਇਤਾ ਲਈ, ਔਰ ਪੁਲਿਸ ਵਾਲੋਂ ਨੇ ਕਾਫੀ ਅੱਛੇ ਸੇ ਸਹਾਇਤਾ ਕੀ, ਔਰ ਫਿਲਹਾਲ ਇਲਾਜ ਚੱਲ ਰਿਹਾ ਹੈ। ਬੱਚੇ ਕੰਡੀਸ਼ਨ ਕਿਆ ਬੱਚੇ ਕੀ ਔਰ ਮਾਂ, ਜੋ ਬੱਚਾ ਅਭੀ ਸੀਰੀਅਸ ਹੈ, ਕੁਛ ਕਹਿ ਨਹੀਂ ਸਕਤੇ। ਪ੍ਰੀ ਮੈਚੋਰ ਬੇਬੀ ਹੈ, ਉਸਕਾ ਵੇਟ ਬਹੁਤ ਕਮ ਹੈ, 800 ਗ੍ਰਾਮ ਕੇ ਲਗਭਗ ਹੈ, ਵੋ ਅਭੀ ICU ਮੇਂ ਹੈ, ਤੋ ਅਭੀ ਕੁਛ ਕਹਿ ਨਹੀਂ ਸਕਤੇ। ਰਿਕਵਰ ਹੋਣੇ ਮੇਂ ਟਾਈਮ ਲੱਗ ਸਕਤਾ ਹੈ, ਔਰ ਜੋ ਬੱਚੇ ਕੀ ਮਾਂ ਹੈ, ਉਸਕਾ ਵੀ ਇਲਾਜ ਚੱਲ ਰਿਹਾ ਹੈ। ਫਿਲਹਾਲ ਬੱਚੇ ਕੀ ਜੋ ਮਾਂ ਹੈ, ਵੋ ਨੋਰਮਲ ਹੈ। ਤੋ ਕਿਆ ਕਾਰਵਾਈ ਕਿਆ ਚਾਹਤੇ ਹੈ, ਵੋ ਪਤਾ ਚਲਾ ਕਿਸ ਨੇ ਜੇ ਗਲਤ ਹਰਕਤ ਕੀ ਹੈ, ਵੋ ਅਭੀ ਤੱਕ ਪਤਾ ਚਲਾ? ਹਮਨੇ ਬੱਚੀ ਸੇ ਜਾਣਨੇ ਕੀ ਕੋਸ਼ਿਸ਼ ਕੀ, ਜੋ ਬੱਚੇ ਕੇ ਬਿਆਨ ਹੈ, ਵੋ ਯੇ ਕਹਿ ਰਹੀ ਹੈ ਕਿ ਵੋ ਦੇਖ ਕਰ ਪਹਿਚਾਨ ਜਾਏਗੀ ਕਿ ਵੋ ਵਿਅਕਤੀ ਕੌਣ ਥਾ, ਲੇਕਿਨ ਉਸਕੋ ਕਾਫੀ ਡਰਾਇਆ ਧਮਕਾਇਆ ਗਿਆ ਹੈ ਕਿ ਕਿਸੀ ਸੇ ਬਤਾਨਾ ਨਹੀਂ ਹੈ। ਔਰ ਜੋ ਬੱਚੀ ਕੇ ਪਿਤਾ ਹੈ, ਆਪ ਉਨਸੇ ਖੁਦ ਵੀ ਮਿਲ ਸਕਤੇ ਹੋ, ਪਰ ਜਿਸ ਤਰ੍ਹਾਂ ਉਨਕਾ ਸੁਭਾਵ ਹੈ, ਕਹੀਂ ਨਾ ਕਹੀਂ ਉਨਕੀ ਵੀ ਬਹੁਤ ਬੜੀ ਗਲਤੀ ਹੈ, ਕਿਉਂਕਿ ਐਸੇ ਕੈਸੇ ਜਾਗਰੂਕਤਾ ਕੀ ਕਮੀ ਕੈਸੇ ਹੋ ਸਕਤੀ ਹੈ, ਆਪਕੇ ਬੱਚੇ ਕੇ ਸਾਥ ਕਿਆ ਹੁਆ ਔਰ ਆਪਕੋ ਪਤਾ ਵੀ ਨਹੀਂ ਹੈ। ਐਸੇ ਪੋਸੀਬਲ ਹੀ ਨਹੀਂ ਹੈ ਕਿ 6-7 ਮਹੀਨਾ, ਵੋ ਵੀ 12 ਸਾਲ ਕੀ ਲੜਕੀ, ਮਤਲਬ ਹਮ ਯੇ ਕਹਿ ਸਕਤੇ ਜੋ ਬੜੀ ਮਹਿਲਾ ਹੋਤੀ, ਕਈ ਵਾਰ ਹੋਤਾ ਹੈ ਕਿ ਪਤਾ ਨਾ ਲਗੇ ਦੇਖਨੇ ਮੇਂ, ਵੋ ਇੱਕ ਬੱਚੀ ਹੈ। ਤੋ ਐਸੇ ਕੈਸੇ ਜਾਗਰੂਕਤਾ ਕੀ ਕਮੀ ਹੈ ਹਮਾਰੇ ਸਮਾਜ ਮੇਂ, ਕਿ ਲੋਗੋ ਕੋ ਪਤਾ ਹੀ ਨਹੀਂ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਤੋਸ਼ ਕੁਮਾਰ, ਚੇਅਰਮੈਨ ਆਫ ਹਿੰਦ ਏਕਤਾ ਸਮਾਜ ਸੇਵਾ ਸੰਸਥਾ। ਸਰ, ਇੱਕ ਬੱਚੀ ਦੀ ਤੁਸੀਂ ਦੇਖਭਾਲ ਕਰ ਰਹੇ, ਕੀ ਹੋਇਆ ਸਾਰਾ ਦੱਸ ਦਿਓ ਸਰ, ਖੁੱਲ੍ਹ ਕੇ। ਵੀ ਜੀ, ਕੱਲ੍ਹ ਮੈਨੂੰ ਇੱਕ ਫੋਨ ਆਇਆ, ਮੈਂ ਲੁਧਿਆਣੇ ਵਿੱਚ ਸੀਗਾ,
ਅਤੇ ਇੱਥੇ ਸੇਵਾਦਾਰ ਸਾਡੇ ਮੌਜੂਦ ਸੀਗੇ ਅਤੇ ਸਾਨੂੰ ਫੋਨ ਆਇਆ ਕਿ ਇੱਕ 12 ਸਾਲ ਦੀ ਬੱਚੀ ਹੈ ਜਿਹਨੂੰ ਕਿ ਇੱਕ ਬੇਬੀ ਹੋਇਆ। ਸੋ ਉਸ ਟਾਈਮ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ, 12 ਸਾਲ ਦੀ ਬੱਚੀ ਹੈ ਤਾਂ ਉਹਨੂੰ ਮਤਲਬ ਕਿ ਬੱਚਾ ਹੋਇਆ। ਸੋ ਉਸੇ ਟਾਈਮ ਮੈਂ ਕਿਹਾ ਚਲੋ ਮੈਂ ਆ ਰਿਹਾ, ਅਤੇ ਇੱਥੇ 2.5 ਤੋਂ 3 ਘੰਟੇ ਬਾਅਦ ਮੈਂ ਪਹੁੰਚਿਆ ਅਤੇ ਸਾਰੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਬੱਚੀ ਨੂੰ ਪੁੱਛਿਆ ਵੀ ਹਾਂ ਬੇਟੇ ਵੀ ਕਿਸ ਤਰ੍ਹਾਂ ਹੋਇਆ, ਕੀ ਹੋਇਆ, ਵੀ ਇਹ ਬੱਚਾ ਕਿਸ ਤਰ੍ਹਾਂ ਕਿਹਦਾ ਹੈਗਾ। ਉਹ ਬੱਚੀ ਕੁਛ ਦੱਸ ਨਹੀਂ ਪਾ ਰਹੀ। ਬੱਚੀ ਨੇ ਇੰਨੀ ਗੱਲ ਦੱਸੀ ਹੈ ਕਿ ਖੁੱਲ੍ਹੇ ਦੇ ਵਿੱਚ ਉਹ ਜਿਹੜੀ ਹੈ ਸ਼ੌਚ ਕਰਨ ਜਾਂਦੀ ਸੀ ਅਤੇ ਜਿੱਥੇ ਕਿ ਉਹਦੇ ਨਾਲ 2 ਵਾਰੀ ਜਿਹੜਾ ਗਲਤ ਕੰਮ ਹੋਇਆ। ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਨੇ ਕਿ ਜਿਹੜੇ ਛੋਟੀ ਛੋਟੀ ਬੱਚੀਆਂ ਜਿਹੜੇ 12 ਸਾਲ ਦੀ ਬੱਚੀ ਨੂੰ ਵੀ ਜਿਹੜਾ ਨਹੀਂ ਛੱਡਿਆ। ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ ਅਤੇ ਮੈਂ ਇਹ ਪ੍ਰਸ਼ਾਸਨ ਕੋਲੋਂ ਇਹ ਚਾਹੂੰਗਾ ਕਿ ਇਹਦੇ ਵਰਖਿਲਾਫ਼ ਜਿਹੜੀ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਕੀਤੀ ਜਾਵੇ ਅਤੇ ਪੂਰੀ ਇਨਕੁਆਇਰੀ ਕੀਤੀ ਜਾਵੇ ਕਿ ਹੋਏ ਕੁਛ ਕਿਸ ਤਰ੍ਹਾਂ ਹੋਇਆ, ਇਹ ਕੌਣ ਤੱਤਵ ਨੇ। ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਮਿਲ ਰਿਹਾ ਜੀ ਕਿਸੇ ਲੀਡਰ ਦੇ ਨਾਲ ਜਾਂ ਮੰਤਰੀ ਦੇ ਨਾਲ ਕਿਸੇ ਜਾਂ ਮੁੱਖ ਮੰਤਰੀ ਨੂੰ ਇਹਦੀ ਕੋਈ ਲੈਟਰ ਲਿਖੀ ਜਾਏਗੀ? ਨਹੀਂ ਹਜੇ ਜੀ, ਇਹ ਸਰ ਕੱਲ੍ਹ ਸ਼ਾਮ ਦਾ ਮਾਮਲਾ ਇਹ। ਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਲੈਟਰ ਦੇਵਾਂਗੇ ਅਤੇ ਇੱਥੇ ਜਿਹੜੇ ਜੋ ਵੀ ਲੋਕਲ ਇੱਥੇ ਹੈਗੇ ਨੇ, ਜੋ ਵੀ ਪੰਜਾਬ ਦੇ ਜਿਹੜੇ ਅਹੁਦੇਦਾਰ ਜਿਹੜੇ ਅਹੁਦੇ ਨੇ, ਅਸੀਂ ਸਾਰਿਆਂ ਨੂੰ ਜਿਹੜੀ ਉਹ ਲੈਟਰ ਭੇਜਾਂਗੇ ਆਪਣੇ ਵੱਲੋਂ। ਅਤੇ ਸਾਨੂੰ ਪੁਲਿਸ ਦਾ ਸਹਿਯੋਗ ਜਿਹੜਾ ਉਹ ਬਹੁਤ ਵਧੀਆ ਮਿਲ ਰਿਹਾ। ਕੱਲ੍ਹ ਸ਼ਾਮੀ ਫੋਨ ਕੀਤਾ ਅਤੇ ਇੱਥੇ ਪੁਲਿਸ ਆਈ ਸੀ। ਸੋ ਉਹਨਾਂ ਨੇ ਬਹੁਤ ਵਧੀਆ ਟ੍ਰੀਟ ਕੀਤਾ, ਬਹੁਤ ਵਧੀਆ ਤਰੀਕੇ ਨਾਲ ਇਨਕੁਆਇਰੀ ਕੀਤੀ ਹੈ ਅਤੇ ਇਨਕੁਆਇਰੀ ਚੱਲ ਰਹੀ ਹੈ। ਜਿੱਥੋਂ ਦਾ ਇਹ ਪਰਿਵਾਰ ਰਹਿਣ ਵਾਲਾ, ਉੱਥੋਂ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਜਾਂ ਕਿਸੇ ਨਾਲ ਸੀਨੀਅਰ ਅਧਿਕਾਰੀ ਨਾਲ ਤੁਹਾਡੀ ਕੋਈ ਗੱਲ ਹੋਈ ਹੈ? ਕਪੂਰਥਲੇ ਤੋਂ ਪੁਲਿਸ ਆਈ ਸੀ ਜੀ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਜੀ। ਸੋ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਇਹ ਕੇਸ ਦੀ ਜੜ੍ਹ ਤੱਕ ਪਹੁੰਚਿਆ ਜਾਵੇਗਾ ਅਤੇ ਜੋ ਵੀ ਦੋਸ਼ੀ ਹੋਏਗਾ ਉਹਦੇ ਬਰਖਿਲਾਫ਼ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ। ਪਰਿਵਾਰ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ? ਇਹ ਬਹੁਤ ਹੀ ਗਰੀਬ ਨੇ ਜੀ, ਬਹੁਤ ਹੀ ਪੂਅਰ ਪਰਸਨ ਹੈ, ਬਹੁਤ ਹੀ ਗਰੀਬ ਹੈ ਜੀ, ਮਤਲਬ ਹੱਦ ਤੋਂ ਜ਼ਿਆਦਾ ਗਰੀਬ। ਲੜਕੀ ਦੀ ਮਾਤਾ ਹੈ? ਨਹੀਂ ਜੀ, ਲੜਕੀ ਦੇ ਦੱਸਣ ਦੇ ਹਿਸਾਬ ਨਾਲ ਜਿਹੜੀ ਲੜਕੀ ਦੀ ਮਾਤਾ ਹੈ ਉਹ ਕਿਤੇ ਚਲੀ ਗਈ ਹੈ, ਬਟ ਜਿਹੜੀ ਜਿਹੜਾ ਲੜਕੀ ਦਾ ਪਿਓ ਹੈਗਾ ਉਹਨੇ ਦੱਸਿਆ ਕਿ ਉਹਦੀ ਮਿਸਿਸ ਦੀ ਡੈਥ ਹੋ ਚੁੱਕੀ ਹੈ। ਇਹ ਕਿੰਨੇ ਭੈਣ ਭਰਾ ਨੇ? ਇਹ 3 ਭੈਣ ਭਰਾ ਟੋਟਲ ਜੀ, ਲੜਕੀ ਦੇ ਦੱਸਣ ਦੇ ਹਿਸਾਬ ਨਾਲ ਇਹ ਟੋਟਲ 3 ਭੈਣ ਭਰਾ ਨੇ, 2 ਜਾ ਚੁੱਕੇ ਨੇ ਛੱਡ ਕੇ ਅਤੇ ਇੱਕ ਇਹ ਲੜਕੀ ਆ। ਇਹ ਸਭ ਤੋਂ ਵੱਡੀ ਸੀ? ਇਹ ਸਭ ਤੋਂ ਵੱਡੀ ਹੈ। ਸਹਿਯੋਗ ਮਿਲ ਗਿਆ ਜੀ ਸਾਰਿਆਂ ਦਾ, ਤੁਹਾਡਾ ਪ੍ਰਸ਼ਾਸਨ ਨੂੰ ਕੀ ਮੈਸੇਜ ਹੈਗਾ ਆ? ਪ੍ਰਸ਼ਾਸਨ ਨੂੰ ਵੀਰ ਜੀ ਮੇਰਾ ਇਹੀ ਮੈਸੇਜ ਹੈ ਕਿ ਜੋ ਇਹੋ ਜਿਹੇ ਜਿਹੜੇ ਵਾਕਏ ਹੋ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਰੋਕਿਆ ਜਾਵੇ। ਜੋ ਇਹ ਅੱਤਿਆਚਾਰ ਜਿਹੜੀ ਉਹ ਗਰੀਬ ਕੁੜੀਆਂ ਨਾਲ ਹੋ ਰਿਹਾ ਜਾਂ ਖੁੱਲ੍ਹੇ ਵਿੱਚ ਅਗਲੀ ਸੋਚ ਦੇ ਵਿੱਚ ਜਾ ਰਹੀ ਹੈ, ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਅੱਤਿਆਚਾਰ ਜਿਹੜਾ ਉਹ ਰੋਕਿਆ ਜਾਵੇ। ਥੈਂਕ ਯੂ ਸਰ। ਓਕੇ ਸਰ।